ਅੰਮ੍ਰਿਤਸਰ ਦੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੁਆਰਾ ਅੱਜ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਧਮਕੀ ਭਰੇ ਫੋਨ ਕਾਲ ਆਉਂਦੇ ਹਨ। ਔਜਲਾ ਸਾਹਿਬ, ਕੀ ਮਾਮਲਾ ਹੈ ਜਿਹੜਾ ਤੁਹਾਨੂੰ ਥ੍ਰੈਟ ਆਈ ਹੈ? ਨਹੀਂ, ਉਹ ਥ੍ਰੈਟ ਦਾ ਨਹੀਂ ਗਾ। 3-4 ਦਿਨ ਪਹਿਲਾਂ ਮੇਰੇ ਨਾਲ ਮੁੰਡਾ ਹੁੰਦਾ ਹੈ ਮਨਪ੍ਰੀਤ, ਉਹਦੇ ਫੋਨ 'ਤੇ ਫੋਨ ਕਿਤੇ ਆਇਆ, ਉਹਨੂੰ ਮਤਲਬ ਵੀ ਪੈਸੇ ਮੰਗਣ ਲੱਗ ਗਏ, ਤੂੰ ਪੈਸੇ ਦੇ ਇੱਦਾਂ। ਉਹਨੇ ਕਿਤੇ ਮੇਰੇ ਫੋਨ ਵੀ ਉਹਦੇ ਕੋਲ ਹੁੰਦਾ ਤਕਰੀਬਨ, ਉਹਨੇ ਇੱਥੋਂ ਕਿਤੇ ਕਾਲ ਕਰ ਲਈ, ਮੁੜ ਕੇ ਇੱਥੇ ਆਉਣਾ ਸ਼ੁਰੂ ਹੋ ਗਿਆ। ਫਿਰ ਉਹਨਾਂ ਨੇ ਉਹਨਾਂ ਤੋਂ ਪੈਸੇ ਮੰਗ ਕੀਤੀ। ਉਹਨੇ 1-2 ਦਿਨ 'ਤੇ ਉਹਨੂੰ ਐਂ ਲੱਗਾ ਵੀ ਜਿਵੇਂ ਕੋਈ ਬੱਕ ਫਕਾਰੀ ਆ, ਕੋਈ ਤੰਗ ਕਰਦਾ ਹੈ। ਫਿਰ ਉਹਨੇ ਜਦੋਂ ਜ਼ਿਆਦਾ ਆਇਆ, ਉਹਨੇ ਮੇਰੇ ਨਾਲ ਗੱਲ ਕੀਤੀ। ਫਿਰ ਮੈਂ ਕਿਹਾ ਵੀ ਆਪਾਂ ਇਹਦਾ ਕੰਮ ਤਾਂ ਪੁਲਿਸ ਨੂੰ ਦਿਓ, ਅਤੇ ਪੁਲਿਸ ਨੂੰ ਜਦੋਂ ਕੰਪਲੇਂਟ ਕੀਤੀ, ਮੇਰਾ ਖਿਆਲ ਉਹਨਾਂ ਨੇ ਕੰਪਲੇਂਟ ਕਰਨ ਤੋਂ ਬਾਅਦ 12-14 ਘੰਟਿਆਂ 'ਚ ਉਹਨਾਂ ਨੇ ਟਰੈਪ ਲਾ ਕੇ ਉਹਨਾਂ ਸਾਰੇ ਫੜ ਲਏ। ਉਹ ਕੋਈ ਮੇਰਾ ਖਿਆਲ ਸਨੈਚਰ ਨੇ ਕੋਈ। ਕਿੰਨੇ ਦੀ ਡਿਮਾਂਡ ਕਰ ਰਹੇ ਸੀ ਪੈਸੇ? ਮੇਰਾ 15-20 ਲੱਖ ਰੁਪਇਆ ਹੋਣਾ, ਕੋਈ 20-30 ਲੱਖ, ਇੱਥੇ ਕੁਛ ਸੀ ਇਹਨਾਂ ਦਾ। ਇੱਕ ਗੁੰਡਾ ਅਨਸਰ ਬੜੇ ਨੇ, ਕਿਹਾ ਲੱਗਦਾ ਵਾ ਕਿ ਸਿਕਿਉਰਿਟੀ ਨੂੰ ਹਮੇਸ਼ਾ ਹੀ ਨੇਤਾਵਾਂ ਦੇ ਲੱਗ ਗਏ, ਕਿਉਂਕਿ ਇਲੈਕਸ਼ਨ ਦੇ ਲੱਗ ਗਏ ਹੀ ਗੁੰਡਾ ਅਨਸਰ ਵੀ ਕਾਫੀ ਵੱਧਦੇ ਨੇ, ਕਿਸ ਤਰ੍ਹਾਂ ਦੇਖਦੇ? ਨਹੀਂ ਦੇਖੋ, ਇਹ ਸਮਾਜ ਦੇ ਵਿੱਚ ਇਹ ਤੰਤਰ ਜਿਹੜਾ ਨਾਲ ਨਾਲ ਚੱਲਿਆ ਰਹਿੰਦਾ ਇਹਦੇ 'ਚ, ਔਰ ਇਹਦੇ ਵਿੱਚ ਕੁਦਰਤੀ ਗੱਲ ਹੈ, ਇਲੈਕਸ਼ਨ 'ਚ ਘੱਟਦੇ ਨੇ, ਵੱਧਦੇ ਨਹੀਂ ਗੇ। ਇਲੈਕਸ਼ਨ 'ਚ ਫੋਰਸਾਂ ਜ਼ਿਆਦੀਆਂ ਹੋ ਜਾਂਦੀਆਂ ਨੇ, ਸੋ ਇਹੋ ਜਿਹੀ ਕੋਈ ਗੱਲ ਨਹੀਂ ਗੀ, ਪੂਰਾ ਕੰਟਰੋਲ ਆ। ਔਰ ਤੁਸੀਂ ਦੇਖੋ ਨਾ ਕਿ ਕੰਪਲੇਂਟ ਕਰਨ ਤੋਂ ਬਾਅਦ 10-12 ਘੰਟਿਆਂ ਦੇ ਵਿੱਚ ਹੀ ਉਹ ਟਰੈਪ ਹੋ ਗਏ, ਤਾਂ ਹੈ ਵੀ ਕੁਛ ਨਹੀਂ ਗੇ। ਕਿਆ ਸਿਕਿਉਰਿਟੀ ਨੂੰ ਵਧਾਉਣ ਦਾ ਵੀ ਤੁਸੀਂ ਕਹੋਗੇ, ਕਿਉਂਕਿ ਕਿਸੇ ਟਾਈਮ ਕੋਈ ਹੋ ਸਕਦਾ ਹੈ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਅਸੀਂ ਇੱਥੇ ਹਮੇਸ਼ਾ ਹੀ ਇੱਥੇ ਰਹੇ ਹਾਂ, ਇੱਥੇ ਜੰਮੇ ਪਲੇ ਹਾਂ, ਇੱਥੇ ਹੀ ਹਾਂ, ਸਾਰਾ ਕੋਈ ਇਹੋ ਜਿਹੀ ਗੱਲ ਨਹੀਂ ਸਿਕਿਉਰਿਟੀ ਹੈ।